साहिब श्री गुरु ग्रंथ साहिब जी महाराज की पावन पवित्र गोद में जुड़ बैठी सरबत साध संग वाहिगुरु जी का खालसा वाहिगुरु जी की फतेह। वड़े भागा वाले को जो सुदर संध्या के दीवान में जुड़ के हरि जिस गायन सरवन कर रहे हो किसी रबी रंग में जुड़ के महापुरुष विद्वान जन अमृत कीर्तन द्वारा अमृत बरखा कर रहे सन। आओ जो गुरु पातशाह की कृपा हुई तन तन साहिब श्री गुरु नानक देव जी महाराज, तन तन साहिब श्री गुरु गोबिंद सिंह जी महाराज, तन तन दस पातशाहियां दस पातशाहियां दे आत्मक स्वरूप, धन धन साहिब श्री गुरु ग्रंथ साहिब जी महाराज जी अपार अपार रहमत सदका इस भाग बने जो इलाही बाणी नितनेम दी बाणी श्री जाप साहब दी लड़ीवार विचार दे उपराले इतों के प्रबंधक सजना आप संगतां दे सेवादारां दे सहयोग सदका आपने सेवा बख्शिश की थी। पावन बाणी जाप साहब दसम पातशाह साहिब श्री गुरु गोबिंद सिंह जी महाराज की पावन रसना तो मुबारक रसना तो उचारित बाणी है जो सिख का नितनेम है और अमृत तैयार करने वेले खालसा साजन वेले श्री अनंदपुर साहब 1699 की विसाखी वाले दिन पांच बाणियों में श्री जाप साहब की बाणी पातशाह ने पढ़ के खंडे बाटे का पाहुल तैयार किया। पहला पंजा सिंघां नूं छकाया तो फिर पंजा पासों यह दात आप भी प्राप्त की। प्यार नाल आखो सतनाम श्री वाहे। एक रेवोल्यूशन एक नवी खेड रची मेरे पातशाह ने धर्म की दुनिया में डेमोक्रेटिक सिस्टम ते वचन सन पातशाह दी परचा शब्द का पूजा अकाल पुरख की दीदार खालसे का शरीर पंथ में आत्मा ग्रंथ में प्यार नाला को सतनाम श्री वाहेगुरु। पंजाब से सरदारी बख्शिश की थी। वो पावन बाणी जाप साहब कुछ पल
ਧੰਨ ਗੁਰੂ ਕਲਗੀ ਧਰ ਪਾਤਸ਼ਾਹ ਦੇ ਚਰਨਾਂ ਵਿੱਚ ਬਿਰਤੀਆਂ ਲੈ ਚਲੀਏ। ਦੋ ਦਾ ਅਹਿਸਾਨ ਇਨਸਾਨ ਨਹੀਂ ਉਤਾਰ ਸਕਦਾ, ਕਦੇ ਨਹੀਂ ਉਤਾਰ ਸਕਦਾ। ਇੱਕ ਗੁਰੂ ਦਾ, ਇੱਕ ਮਾਲ ਦਾ। ਜਦੋਂ ਚਮਰੋਦ ਦਾ ਕਿਲੇ ਫਤਿਹ ਹੋਇਆ ਤੇ ਰਾਜਾ ਹਰੀ ਸਿੰਘ ਨਲਵਾ ਕਹਿਣ ਲੱਗਾ ਆਪਣੀ ਮਾਂ ਨੂੰ, ਮਾਂ ਮੈਂ ਤੇਰੇ ਦੁੱਧ ਦਾ ਕਰਜ਼ ਅਦਾ ਕਰ ਦਿੱਤਾ। ਮਾਂ ਉਹ ਕਿਲਾ ਜੋ ਅੱਜ ਵੀ ਉਹ ਮਾਰਗ ਧਾਰਨੀ ਉਸੇ ਮਾਰਗ ਤੋਂ ਹਿੰਦੁਸਤਾਨ ਤੇ ਹਮਲੇ ਕਰਦੇ ਸਨ, ਉਹ ਕਿਲਾ ਸੰਸਾਰ ਚ ਕੋਈ ਫਤਿਹ ਨਹੀਂ ਸੀ ਕਰ ਸਕਿਆ। ਜਰਨੈਲ ਹਰੀ ਸਿੰਘ ਨਲਵੇ ਨੇ ਉਹ ਕਿਲ੍ਹਾ ਫਤਿਹ ਕਰਕੇ ਜੋ ਅਮਰੀਕਾ ਵਰਗੀ ਤਾਕਤ ਵਾਸਤੇ ਵੀ ਸਿਰਦਰਦੀ ਹੈ ਅਫਗਾਨਿਸਤਾਨ ਦਾ ਇਲਾਕਾ। ਆਪ ਸਭ ਤੁਸੀਂ ਇਲਾਕੇ ਤੋਂ ਆਏ ਹੋ। ਇੱਕ ਬਹੁਤ ਭਾਰਾ ਨਿਸ਼ਾਨ ਸੀ। ਰਾਜੇ ਹਰੀ ਸਿੰਘ ਨਲਵੇ ਨੇ ਉਹ ਕਿਲ੍ਹਾ ਫਤਿਹ ਕਰਕੇ ਮਾਂ ਨੂੰ ਕਹਿੰਦਾ, ਮਾਂ ਮੈਂ ਤੇਰੇ ਦੁੱਧ ਦਾ ਕਰਜ਼ ਅਦਾ ਕਰਤਾ ਹੈ, ਪੇਡ ਫੋਰ ਯੋਰ ਫੀ ਬ੍ਰੈਸਟ ਫੀਡ। ਕਿ ਮੈਂ ਕਿਲ੍ਹਾ ਫਤਿਹ ਕਰ ਲਿਆ। ਮਾਂ ਕਹਿੰਦੀ, ਅੱਛਾ ਕਰਜ਼ਾ ਅਦਾ ਹੋ ਗਿਆ ਹਰੀ ਸਿੰਘ। ਮਾਂ ਲੈਣੀ ਪਰ ਕੰਮ ਕਰ, ਜਿਵੇਂ ਛੋਟੇ ਹੁੰਦਿਆਂ ਮੇਰੀ ਗੋਦ ਵਿੱਚ ਸਿਰ ਰੱਖ ਕੇ ਸੌਂਦਾ ਸਨ, ਮੇਰੇ ਕੋਲ ਆ ਕੇ ਮੰਜੇ 'ਤੇ ਪੈਂਦਾ ਸਨ, ਬਸ ਅੱਜ ਦੀ ਰਾਤ ਉਸੇ ਤਰ੍ਹਾਂ ਮੇਰੇ ਕੋਲ ਆ ਕੇ ਸੌਂਦਾ, ਬੱਚਾ ਬਣ ਕੇ ਮੈਂ ਮੰਨ ਲਊਂਗੀ ਤੂੰ ਮੇਰੇ ਦੁੱਧ ਦਾ ਕਰਜ਼ ਅਦਾ ਕਰ। ਹਰੀ ਸਿੰਘ ਕਹਿਣ ਲੱਗਾ, ਮਾਂ ਕਿਹੜੀ ਵੱਡੀ ਗੱਲ ਹੈ, ਇਹ ਕੋਈ ਵੱਡੀ ਗੱਲ ਨਹੀਂ। ਅੱਜ ਹੀ ਤੂੰ ਚੱਲ, ਮੈਂ ਕੁਝ ਦਰਬਾਰ ਦੇ ਕੰਮ ਨਹੀਂ ਕਰਕੇ ਆਇਆ, ਰਾਤ ਪੈ ਗਈ, ਅੰਮ੍ਰਿਤ ਵੇਲਾ ਹੋਇਆ। ਮਾਂ ਉੱਠੀ, ਕੀ ਦੇਖਦੀ ਹੈ, ਬਿਸਤਰਾ ਖਾਲੀ ਪਿਆ। ਹਰੀ ਸਿੰਘ ਚੱਦਰ ਥੱਲੇ ਜ਼ਮੀਨ 'ਤੇ ਵਿਛਾ ਕੇ ਰੜਦੇ ਸੁੱਤਾ। ਮਾਂ ਕਹਿੰਦੀ, ਹਰੀ ਸਿੰਘ ਕੀ ਗੱਲ ਹੈ, ਤੈਨੂੰ ਕਿਹਾ ਸੀ ਬਿਸਤਰੇ 'ਤੇ ਮੇਰੇ ਨਾਲ ਨਾ ਸੋਣਾ ਸੀ, ਤੂੰ ਥੱਲੇ ਬਹਿ ਗਿਆ। ਮਾਂ ਬਿਸਤਰੇ 'ਤੇ ਕਿਉਂ ਸੌਂਦਾ, ਬਿਸਤਰਾ ਤਾਂ ਕਿੱਲਾ ਸੀ। ਮਾਂ ਕਹਿੰਦੀ, ਹਰੀ ਸਿੰਘ ਬਸ ਇੱਕ ਰਾਤ ਨਹੀਂ ਕਿੱਲੇ 'ਤੇ ਸੌਂ ਸਕਿਆ, ਮਾਂ ਕਰਕੇ ਯਾਦ ਤੇ ਕਰ, ਕਿਤਨੀਆਂ ਰਾਤਾਂ ਕੜਕਦੀਆਂ ਸਰਦੀਆਂ ਵਿੱਚ ਤੂੰ ਬਿਸਤਰੇ ਗਿੱਲੇ ਕਰਦਾ ਸੈਂ, ਮੈਂ ਆਪ ਗਿੱਲੇ 'ਤੇ ਸੌਂ ਕੇ ਤੈਨੂੰ ਸੁੱਕੇ 'ਤੇ ਸੁਆਉਂਦੀ ਰਹੀ। ਤੂੰ ਮਾਂ ਪਿੱਛੇ ਇੱਕ ਰਾਤ ਗਿੱਲੇ 'ਤੇ ਨਹੀਂ ਸੌਂ ਸਕਿਆ ਅਤੇ ਕਹਿੰਦਾ ਮਾਂ ਦਾ ਖਰਚਾ। ਹਰੀ ਸਿੰਘ ਚੰਨਾ 'ਤੇ ਡਿੱਗ ਪਿਆ, ਕਹਿੰਦਾ ਮਾਂ ਤੂੰ ਠੀਕ ਕਿਹਾ ਹੈ, ਦੁਨੀਆਂ ਦੇ ਕਰਜ਼ੇ ਹਰੀ ਸਿੰਘ ਲਾਹ ਦੇ ਗਏ, ਇੱਕ ਮਾਂ ਦਾ ਕਰਜ਼ਾ ਨਹੀਂ ਲਾ ਸਕਦਾ। ਪਿਆਰ ਨਾਲ ਆਖੋ ਸਤਨਾਮ। ਅਤੇ ਗੁਰੂ ਪੜੋ ਪਿਆਰ ਨਾਲ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧ, ਤੂੰ ਮੇਰਾ ਪ੍ਰਾਤਾ, ਤੂੰ ਮੇਰਾ ਰਾਖਾ, ਸਭਨੀ ਥਾਈ ਤਾਂ ਭਾਵ ਕਿਹਾ। ਸਾਡੀ ਮਾਂ ਵੀ ਹੈ, ਸਾਡਾ ਪਿਤਾ ਵੀ ਹੈ, ਹਰ ਔਖੇ ਸੌਖੇ ਵੇਲੇ ਸਾਡੇ ਅੰਗ ਸਨ। ਦਸ਼ਮੇਸ਼ ਪਿਤਾ ਕੈਸੀ ਮਾਂ ਹੈ। ਥੋੜ੍ਹਾ ਉਸ ਸਮੇਂ ਦੀ ਚਲੀਏ, ਬਿਰਤੀ ਲੈ ਚਲੋ। ਜਦੋਂ ਗੁਰੂ ਨਾਨਕ ਦੇਵ ਜੀ ਦਾ ਆਗਮਨ ਹੋਇਆ ਨਾ ਸੰਸਾਰ 'ਤੇ, ਆਮ ਇਨਸਾਨ ਦੇ ਹਕੂਕ ਇਤਨੇ ਸਨ, ਸੜਕ 'ਤੇ ਸਿੱਧਾ ਨਹੀਂ ਸੀ ਤੁਰ ਸਕਦਾ, ਪਿੰਡ ਦੇ ਖੂਹ ਤੋਂ ਪਾਣੀ ਨਹੀਂ ਸੀ ਲੈ ਸਕਦਾ, ਮੀਲਾਂ ਬੰਦੀ ਦਰਿਆਵਾਂ 'ਤੇ ਜਾਣਾ ਪੈਂਦਾ ਸੀ ਪਾਣੀ ਲੈਣ ਵਾਸਤੇ, ਕਿਉਂਕਿ ਦੈਟ ਏਰੀਆ ਦੈਟ ਪੋਜੈਸ਼ਨ ਵਾਸ ਟੇਕਨ ਓਵਰ ਬਾਈ ਰਿਚ ਪੀਪਲ, ਐਡਮਿਨਿਸਟ੍ਰੇਟਰਸ ਐਂਡ ਸੋ ਕਾਲਡ ਪ੍ਰੀਸਟ ਕਮਿਊਨਿਟੀ। ਪਿਆਰ ਨਾਲ ਆਖੋ ਸਤਿਗੁਰੂ। ਧਾਰਮਿਕ ਆਗੂ, ਪੰਡਿਤ, ਬ੍ਰਾਹਮਣ, ਕਾਜੀ, ਮੌਲਵੀ ਜਾਂ ਵੱਡੇ ਅਹੁਦਿਆਂ ਦੇ ਸਰਕਾਰੀ ਅਫਸਰ ਅਤੇ ਜਾਂ ਫਿਰ ਬਹੁਤ ਅਮੀਰ ਆਦਮੀ ਕੋਈ ਖੂਹ ਤੋਂ ਪਾਣੀ ਲੈ ਸਕਦਾ ਸੀ।
ਆਮ ਇਨਸਾਨ ਨਹੀਂ ਸੀ ਲੈ ਸਕਦਾ। ਸੜਕ 'ਤੇ ਤੁਰਨ ਦੀ ਇਜਾਜ਼ਤ ਨਹੀਂ ਸੀ। ਕੋਈ ਅਮੀਰ ਆਦਮੀ, ਕੋਈ ਫੌਜਦਾਰ, ਕੋਈ ਅਫਸਰ, ਕੋਈ ਪੰਡਿਤ, ਕੋਈ ਬ੍ਰਾਹਮਣ ਨਿਕਲਦਾ ਸੀ ਅਤੇ ਹੱਥ ਬੰਨ ਕੇ ਖਲੋਣਾ ਪੈਂਦਾ ਸੀ। ਔਰਤ ਨੂੰ ਕੋਈ ਹਕੂਕ ਨਹੀਂ ਸੀ। ਪੈਰ ਦੀ ਜੁੱਤੀ ਤੋਂ ਵੱਧ ਨਹੀਂ ਸੀ ਸਮਝਿਆ ਜਾਂਦਾ। ਪਤੀ ਗੁਜ਼ਰ ਜਾਏ ਜਾਂ ਤਾਂ ਪਤਨੀ ਨਾਲ ਹੀ ਜਿੰਦਾ ਸ਼ਹੀਦ ਹੋ ਜਾਏ, ਸਤੀ ਹੋ ਜਾਏ, ਬਰਨ ਵਿਦ ਦ ਫਿਊਨਰਲ ਫਾਇਰ ਆਫ ਹਰ ਹਸਬੈਂਡ, ਔਰ ਸ਼ੀ ਵਾਜ ਫੋਰਸਡ ਟੂ ਲਿਵ ਅ ਮਿਜ਼ਰੇਬਲ ਲਾਈਫ। ਕੋਈ ਢੰਗ ਦੇ ਕੱਪੜੇ ਨਹੀਂ, ਕੋਈ ਸੋਨੇ ਬਸਤਰ ਨਹੀਂ, ਪੈਰੀ ਜੁੱਤੀ ਨਹੀਂ, ਵਿਧਵਾ ਔਰਤ ਦੇ ਕੋਈ ਹੱਕ ਨਹੀਂ ਸਨ। ਕਹਿੰਦੇ ਪੰਜਵੇਂ ਨਾਨਕ ਨੇ ਕਿਰਪਾ ਕੀਤੀ, ਜੋ ਹੇਮੇ ਚੌਧਰੀ ਤਰਨ ਤਾਰਨ ਦੇ ਇਲਾਕੇ ਦੇ ਹੇਮੇ ਚੌਧਰੀ ਨਾਲ ਜੋ ਜਿਹਦੀ ਪਤਨੀ ਗੁਜ਼ਰ ਗਈ, ਇੱਕ ਵਿਧਵਾ ਔਰਤ ਦਾ ਵਿਆਹ ਉਹਦੇ ਨਾਲ ਕਰਾਇਆ। ਹੇਮਾ, ਤੂੰ ਵਿਆਹ ਤੇ ਕਰਾਉਣਾ ਪਰ ਇਹ ਬੱਚੀ ਨਾਲ ਕਰਾ ਲੈ। ਇੱਕ ਵਿਧਵਾ ਵਿਆਹ ਦੀ ਇੱਕ ਰੀਤ ਪਾ ਦਿੱਤੀ, ਵਿਆਹ ਦਾ ਲਾਖੋ ਸਤਨਾਮ। ਤੀਜੇ ਨਾਨਕ ਨੇ ਔਰਤਾਂ ਦੇ ਘੁੰਡ ਕੱਢਣਾ ਬੰਦ ਕਰਾਇਆ। ਵੀ ਤੁਸੀਂ ਕਿਉਂ ਸ਼ਰਮਾਉਂਦੀਆਂ ਹੋ? ਗੁਰੂ ਦਰਬਾਰ ਵਿੱਚ ਕਿਸੇ ਇਸਤਰੀ ਨੇ ਘੁੰਡ ਕੱਢ ਕੇ ਨਹੀਂ ਆਉਂਦਾ। ਤੇ ਪਹਿਲੇ ਨਾਨਕ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਤੇ ਖੁੱਲ੍ਹਾ ਚੈਲੰਜ ਦੇ ਦਿੱਤਾ। ਸੋ ਕਿਉਂ ਬੰਦਾ ਆਖੀਏ ਜਿੱਤ ਜੰਮੇ ਰਾਜਾ। ਤੁਹਾਨੂੰ ਪਤਾ ਹੋਏਗਾ ਸ਼ਾਇਦ ਅੱਗੇ ਵੀ ਜ਼ਿਕਰ ਕੀਤਾ ਸੀ, ਇੱਥੇ ਤੇ ਪਹਿਲੀ ਵਾਰੀ ਆਇਆ ਦਾਸ, ਪਰ ਹੋਰ ਸਥਾਨਾਂ 'ਤੇ ਖਾਸ ਕਰਕੇ ਯੰਗਸਟਰਸ ਲਈ ਇਹ ਬੜਾ ਇੰਪੋਰਟੈਂਟ ਹੈ ਜਾਣਨਾ। ਦ ਫਸਟ ਇੰਡੀਅਨ ਗਰਲ ਹੂ ਵਨ ਦ ਟਾਈਟਲ ਮਿਸ ਯੂਨੀਵਰਸ, ਸੁਸ਼ਮਿਤਾ ਸੇਨ। You know that, that is the title of beauty and brave competition, but a tough one that. Ikko saal vich Sushmita first aayi si India vich, Miss Universe waste appear hoi, number 2 aayi Aishwarya Rai, Miss World vich gayi, number 3 Gobar Bachi si ho, Miss Pacific gayi. Jadon Miss Universe da competition Sushmita appear hoi, what tough fight si. And result ki hoya? 5-6 ਬੱਚੀਆਂ, ਡਿਸਾਈਡ ਕਰਨਾ ਔਖਾ ਹੋ ਗਿਆ, ਜਾਂ 4 ਬੱਚੀਆਂ, ਵੀ ਕਿਸ ਨੂੰ ਟਾਈਟਲ ਮਿਸ ਯੂਨੀਵਰਸ ਦਾ ਦਿੱਤਾ ਜਾਏ। ਬਿਕੋਜ਼ ਆਲ ਪਰਫੋਰਮ ਸੋ ਵੈਲ, ਦੈਨ ਇੱਕ ਕਾਮਨ ਕੁਐਸਚਨ ਵਾਸ ਥਰੋਨ, ਇੱਕ ਕਾਮਨ ਸਵਾਲ ਰੱਖਿਆ ਗਿਆ ਸਾਰਿਆਂ ਨੇ ਅੱਗੇ, ਵਾਟ ਇਜ਼ ਸੋ ਗ੍ਰੇਟ ਅਬਾਊਟ ਵੂਮਨਹੁੱਡ, ਔਰਤ ਵਾਸਤੇ ਸਭ ਤੋਂ ਵੱਡੀ ਗੱਲ ਕੀ ਹੈ? ਸੁਸ਼ਮਿਤਾ ਨੇ ਗੁਰੂ ਨਾਨਕ ਦੀਆਂ ਇਹਨਾਂ ਪੰਕਤੀਆਂ ਨੂੰ ਟ੍ਰਾਂਸਲੇਟ ਕਰ ਦਿੱਤਾ, ਪਿਆਰ ਨਾਲ ਆਖੋ ਸਤਨਾਮ। ਸੋ ਕਿਉਂ ਬੰਦਾ ਆਖੀਏ ਜਿਸ ਜੰਮੇ ਰਾਜਾ। ਸੋ ਗ੍ਰੇਟ ਅਬਾਊਟ ਵੂਮਨਹੁੱਡ ਇਸ ਦੈਟ ਸ਼ੀ ਇਜ਼ ਮਦਰ ਆਫ ਕਿੰਗਸ ਐਂਡ ਐਮਪਰਰਸ, ਸੇਂਟਸ ਐਂਡ ਸੀਲਸ, ਐਂਡ ਸ਼ੀ ਵਾਜ਼ ਅਵਾਰਡਡ ਮਿਸ ਯੂਨੀਵਰਸ। ਆਈ ਬਿਲੀਵ, ਇਟਸ ਮਾਈ ਬਿਲੀਵ, ਬਿਕੋਜ਼ ਸ਼ੀ ਸਟੱਡੀਡ ਇਨ ਦਿੱਲੀ ਏਅਰਫੋਰਸ ਗੋਲਡਨ ਜੁਬਲੀ ਇੰਸਟੀਚਿਊਟ, ਜਿੱਥੇ ਮੇਰੇ ਬੱਚੇ ਪੜ੍ਹੇ, ਮੇਰੀ ਬੇਟੀ ਨਾਲ 3-4 ਸਾਲ ਸੀਨੀਅਰ ਸੀ ਸੁਸ਼ਮਿਤਾ, ਉੱਥੇ ਦੇ ਵਾਈਸ ਪ੍ਰਿੰਸੀਪਲ ਸਨ, ਉਦੋਂ ਬਾਅਦ ਪ੍ਰਿੰਸੀਪਲ ਹੋ ਕੇ ਰਿਟਾਇਰ ਹੋਏ ਇੱਕ ਗੁਰਸਿੱਖ ਵੀਰ ਸਾਡੇ, ਮਿਸਟਰ ਜੇ ਕੇ ਬਤਰਾ, ਉਹ ਗੁਰਬਾਣੀ ਦੇ ਬੜੇ ਰਸੀਏ ਨੇ। ਮੈਨੂੰ ਐਸਾ ਲੱਗਦਾ ਹੈ ਕਦੀ ਬਤਰਾ ਸਾਹਿਬ ਨੇ ਸੁਸ਼ਮਿਤਾ ਨੂੰ ਸਮਝਾਇਆ ਗੁਰੂ ਨਾਨਕ ਦੇ ਬਚਨ, ਜਿਹੜੇ ਇੱਕ ਵਕਤ 'ਤੇ ਉਹਨੂੰ ਕੰਮ ਆਏ ਕਿ ਸੋ ਕਿਉਂ ਮੰਦਾ ਆਖੀਏ ਜਿਸ ਜੰਮੇ ਰਾਜਾ। ਮੇਰੇ ਗੁਰੂਆਂ ਨੇ ਇਸਤਰੀ ਨੂੰ ਇੱਜ਼ਤ ਦਵਾਈ, ਆਮ ਇਨਸਾਨ ਨੂੰ ਇੱਜ਼ਤ ਦਵਾਈ, ਉਹ ਹਕੂਕ ਦਿਵਾਏ। ਹੀ ਫੋਟ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੈਵਰ ਫੋਟ ਐਨੀ ਬੈਟਲ ਫੋਰ ਐਨੀ ਕਿੰਗਡਮ, ਹੀ ਫੋਟ ਫੋਰ ਹਿਊਮਨ ਰਾਈਟਸ ਐਂਡ ਸਿਵਲ ਰਾਈਟਸ, ਹੀ ਫੋਟ ਫੋਰ ਪੋਰ ਐਂਡ ਵੀਕ। ਵੀ ਨੀਡ ਟੂ ਕੈਰੀ ਦਿਸ ਮੈਸੇਜ, ਹਕੂਕ ਦਵਾਏ। ਜੇ ਹਕੂਮਤ ਕਰਨੀ ਹੁੰਦੀ ਨਾ ਗੁਰੂ ਪਾਤਸ਼ਾਹ ਨੇ, ਫਿਰ ਦਿੱਲੀ ਦੇ ਥਰੋਨ ਦੇ ਉੱਤੇ ਔਰੰਗਜ਼ੇਬ ਦੇ ਬੇਟੇ ਬਹਾਦਰ ਸ਼ਾਹ ਨੂੰ ਨਹੀਂ ਬਿਠਾਉਂਦੇ, ਆ ਬੈਠ ਜਾਂਦੇ। ਪਿਆਰ ਨਾਲ ਆਖੋ ਸਤਨਾਮ।